ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਇੰਸ ਦਾ ਲੈਕਚਰ ਨੰਬਰ 6 ਲੈ ਕੇ ਆਏ ਹਾਂ ਇਸ ਦੇ ਵਿੱਚ ਆਪਾਂ ਇਲੈਕਟ੍ਰਿਸਿਟੀ ਐਂਡ ਸਰਕਟਸ ਦੇ ਬਾਰੇ ਗੱਲ ਕਰਾਂਗੇ ਬੇਸਿਕ ਔਰ ਜੋ ਕਈ ਵਾਰ ਪ੍ਰੀਵੀਅਸ ਈਅਰ ਕੁਐਸਚਨ ਪੁੱਛੇ ਜਾਂਦੇ ਨੇ ਆਪਾਂ ਉਹ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਗਰ ਜਿਸ ਨੂੰ ਵੀ ਵੀਡੀਓ ਵਧੀਆ ਲੱਗੇ ਤਾਂ ਉਹ ਲਾਈਕ ਜ਼ਰੂਰ ਕਰਿਓ ਕਈ ਵਾਰ ਕਾਫੀ ਜਣੇ ਵੀਡੀਓਜ਼ ਦੇਖ ਲੈਂਦੇ ਨੇ ਪਰ ਉਹ ਲਾਈਕ ਨਹੀਂ ਕਰਦੇ ਤਾਂ ਲਾਈਕ ਤੁਸੀਂ ਜਿਹੜਾ ਜ਼ਰੂਰ ਕਰੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਦੇਖੋ ਇਹਦੇ ਵਿੱਚ ਆਪਾਂ ਸਾਰੇ ਇੰਪੋਰਟੈਂਟ ਜਿਹੜੇ ਪੁਆਇੰਟਸ ਐਪੋ ਸਾਰੇ ਉਹ ਡਿਸਕਸ ਕਰਾਂਗੇ ਠੀਕ ਹੈ ਸੋ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਆ ਉਹ ਆ ਕਿ ਜਿਹੜਾ ਇਲੈਕਟ੍ਰਿਕ ਸੈੱਲ ਕੀ ਹੁੰਦਾ ਹੈ ਦੇਖੋ ਠੀਕ ਹੈ ਜੀ ਸੋ ਜਿਹੜਾ ਦੇਖੋ ਇਲੈਕਟ੍ਰਿਕ ਸੈੱਲ ਆ ਇਲੈਕਟ੍ਰਿਕ ਸੈੱਲ ਇਜ਼ ਅ ਸੋਰਸ ਆਫ ਇਲੈਕਟ੍ਰਿਸਿਟੀ ਇਲੈਕਟ੍ਰਿਕ ਸੈੱਲ ਕੀ ਆ ਸੋਰਸ ਆਫ ਇੱਕ ਇਲੈਕਟ੍ਰਿਸਿਟੀ ਆ ਠੀਕ ਹੈ ਐਨ ਇਲੈਕਟ੍ਰਿਕ ਸੈੱਲ ਪ੍ਰੋਡਿਊਸਸ ਇਲੈਕਟ੍ਰਿਸਿਟੀ ਫਰੋਮ ਕੈਮੀਕਲਸ ਸਟੋਰਡ ਇਨਸਾਈਡ ਇਟ ਠੀਕ ਹੈ ਕੈਮੀਕਲ ਇਲੈਕਟ੍ਰੀਕਲ ਸੈੱਲ ਹੁੰਦਾ ਹੈ ਜਿਹਦੇ ਵਿੱਚ ਕੁਝ ਕੈਮੀਕल्स ਸਟੋਰਡ ਹੁੰਦੇ ਆ ਠੀਕ ਹੈ ਤਾਂ ਉਹਨਾਂ ਦੀ ਮਦਦ ਨਾਲ ਹੀ ਜਿਹੜੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ ਠੀਕ ਹੈ ਵੈਨ ਦਾ ਕੈਮੀਕल्स ਇਨ ਦਾ ਇਲੈਕਟ੍ਰਿਕ ਸੈੱਲ ਆਰ ਯੂਜ਼ਡ ਅਪ ਜਦੋਂ ਖਤਮ ਹੋ ਜਾਂਦਾ ਪੂਰੀ ਤਰ੍ਹਾਂ ਯੂਜ਼ ਹੋ ਜਾਂਦਾ ਦਾ ਇਲੈਕਟ੍ਰਿਕ ਸੈੱਲ ਸਟਾਪਸ ਪ੍ਰੋਡਿਊਸਿੰਗ ਇਲੈਕਟ੍ਰਿਸਿਟੀ ਉਦੋਂ ਉਹ ਇਲੈਕਟ੍ਰਿਸਿਟੀ ਜਿਹੜਾ ਪ੍ਰੋਡਿਊਸ ਕਰਨਾ ਉਹ ਬੰਦ ਕਰ ਦਿੰਦਾ ਠੀਕ ਹੈ ਦਾ ਇਲੈਕਟ੍ਰਿਕ ਸੈੱਲ ਦੈਨ ਹੈਜ਼ ਟੂ ਬੀ ਰਿਪਲੇਸਡ ਵਿਨ जो तो एक बार खत्म हो जाए तो सूँ की करना पैना रिपलेस करना पैना वो जगह दूसरा सैल जो लैके ठीक है सो अगे पॉइंट आ कि इलैक्ट्रिक सैल हैव टू टर्मीनल्स टू टर्मीनल्स होंगे ने ठीक है आपदा कह सकते हैं कि दो कोने होंगे ने एक हों पॉजिटिव टर्मीनल और एक होंगे नैगेटिव टर्मीनल ठीक है जिमें कि ये आप रफली ज मैं तुम दसाता ਮਲਵਾ ਹਾਈਕ ਸੈੱਲ ਹੈ ਸਾਡੇ ਕੋਲ ਸਿਲੰਡਰਿਕਲ ਸ਼ੇਪ ਦੇ ਵਿੱਚ ਠੀਕ ਹੈ ਕਹਿੰਦਾ ਦਾ ਮੈਟਲ ਕੈਪ ਇਨ ਦਾ ਪੋਜ਼ਿਟਿਵ ਟਰਮੀਨਲ ਆਫ ਦਿ ਇਲੈਕਟ੍ਰਿਕ ਮੈਟਲ ਕੈਪ ਤੁਸੀਂ ਦੇਖਿਆ ਹੋਊਗਾ ਜਿਹੜਾ ਸੈੱਲ ਆਪਾਂ ਪਾਉਂਦੇ ਆਂ ਅਕਈ ਵਾਰ ਟਾਰਚ ਦੇ ਵਿੱਚ ਜਾਂ ਜਿਹੜੇ ਦੂਸਰੇ ਤਾਂ ਸੈੱਲ ਦੇ ਇੱਕ ਪਾਸੇ ਇੱਕ ਐਦਾਂ ਮੈਟਲ ਦੇ ਇੱਕ ਕੈਪ ਹੁੰਦਾ ਹੈ ਦੂਸਰੇ ਪਾਸੇ ਜਿਹੜੀ ਹੈ ਬਿਲਕੁਲ ਗੋਲ ਡਿਸਕ ਹੁੰਦੀ ਹੈ ਠੀਕ ਹੈ ਤਾਂ ਜਿਹੜਾ ਮੈਟਲ ਕੈਪ ਆ ਕੈਪ ਵਾਲਾ ਹਿੱਸਾ ਆ ਉੱਥੇ ਕਿਹੜਾ ਚਾਰਜ ਹੁੰਦਾ ਜੀ ਪੋਜ਼ਿਟਿਵ ਚਾਰਜ ਠੀਕ ਹੈ ਪੋਜ਼ਿਟਿਵ ਟਰਮੀਨਲ ਨੂੰ ਕਹਿੰਦੇ ਆ ਤੇ ਮੈਟਲ ਡਿਸਕ ਇਨ ਦਾ ਇਜ਼ ਦਾ 네ਗੇਟਿਵ ਦੂਸਰੀ ਕੀ ਹੁੰਦੀ ਆ ਉਹ 네ਗੇਟਿਵ ਠੀਕ ਹੈ ਉਸ ਤੋਂ ਬਾਅਦ ਇੱਕ ਪੁੱਛ ਲੈਂਦੇ ਆ ਕਿ ਫਿਲਾਮੈਂਟ ਕੀ ਹੁੰਦਾ ਦਾ ਥਿਨ ਵਾਇਰ ਦੈਟ ਗਿਵਸ ਆਫ ਲਾਈਟ ਇਜ਼ ਕਾਲਡ ਦਾ ਫਿਲਾਮੈਂਟ ਆਫ ਦਾ ਬਲਬ ਤੁਸੀਂ ਬਲਬ ਦੇਖਿਆ ਹੋਊਗਾ ਠੀਕ ਹੈ ਬਲਬ ਦੇ ਵਿੱਚ ਕਿ ਇੱਥੇ ਕਿਦਾਂ ਕਰਕੇ ਕੋਈ ਫਿਲਾਮੈਂਟ ਜਾਂ ਹੁੰਦਾ ਆ ਠੀਕ ਹੈ ਜੋ ਕਿ ਜਦੋਂ ਇਲੈਕਟ੍ਰਿਸਿਟੀ ਉਹਦੇ ਵਿੱਚੋਂ ਪਾਸ ਕਰਦੀ ਹੈ ਉਹ ਗਲੋ ਕਰਦੀ ਹੈ ਠੀਕ ਹੈ ਤਾਂ ਉਹਨੂੰ ਹੀ ਕੀ ਕਹਿੰਦੇ ਆਪਾਂ ਫਿਲਾਮੈਂਟ ਠੀਕ ਹੈ ਸੋ ਉਸ ਤੋਂ ਬਾਅਦ ਆ ਜਾਂਦਾ ਜੀ ਇਲੈਕਟ੍ਰਿਕ ਸਰਕਟ ਇਲੈਕਟ੍ਰਿਕ ਸਰਕਟ ਕੀ ਹੁੰਦਾ ਹੈ ਇਲੈਕਟ੍ਰਿਕ ਸਰਕਟ ਦੇਖੋ ਕੀ ਹੁੰਦਾ ਹੈ ਕਹਿੰਦਾ ਦਾ ਟੂ ਟਰਮੀਨਲਸ ਆਫ ਦਾ ਇਲੈਕਟ੍ਰਿਕ ਸੈੱਲ ਵਰ ਕਨੈਕਟਡ ਟੂ ਟੂ ਟਰਮੀਨਲਸ ਆਫ ਦਾ ਬਲਬ ਮੰਨ ਲਓ ਇੱਕ ਪਾਸੇ ਇੱਕ ਬਲਬ ਆ ਠੀਕ ਹੈ ਤੇ ਦੂਜੇ ਪਾਸੇ ਸੈੱਲ ਆਓ ਠੀਕ ਹੈ तो वो दोनों टर्मिनल्स ज बल्ब के दोनों टर्मीनल कनैक्टिड होनी है ठीक है सच एन अरेजमेंट इज़ ए ऑफ इलैक्ट्रिक सर्किट ठीक है यही जग्जाम्पल है इलैक्ट्रिक सर्किट की ठीक है मान लो को देखो, देखो आ एक सैल आ ठीक है इन दोर्मीनल पॉजिटिव नैगेटिव ठीक है और मान लो इत कोई बल्ब है साढ़े को ठीक है ਤਾਂ ਇਹਦੀ ਇੱਕ ਟਰਮੀਨਲ ਇੱਥੇ ਬਲਬ ਦੇ ਨਾਲ ਅਟੈਚ ਹੋਵੇਗੀ ਇਧਰ ਉਹਦੀ ਇੱਕ ਟਰਮੀਨਲ ਇਧਰ ਦੂਜੇ ਬਲਬ ਬਲਬ ਦੇ ਦੂਸਰੇ ਟਰਮੀਨਲ ਅਟੈਚ ਹੋਵੇਗੀ ਠੀਕ ਹੈ ਇੱਥੇ ਕਿਤੇ ਆਪਾਂ ਮੰਨ ਸਕਦੇ ਹਾਂ ਕਿ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਬੈਟਰੀ ਹੋਵੇਗੀ ਠੀਕ ਹੈ ਤੇ ਕੋਈ ਸਵਿਚ ਹੋਵੇਗਾ ਠੀਕ ਹੈ ਤਾਂ ਇਹ ਪ੍ਰੋਪਰ ਇੱਕ ਜਿਹੜਾ ਹੈ ਇੱਕ ਹੀ ਹੋ ਜਾਂਦਾ ਇਲੈਕਟ੍ਰਿਕ ਸਰਕਟ ਠੀਕ ਹੈ ਇਲੈਕਟ੍ਰਿਕ ਸਰਕਟ ਪ੍ਰੋਵਾਈਡ ਕੰਪਲੀਟ ਪਾਥ ਫਾਰ ਇਲੈਕਟ੍ਰਿਸਿਟੀ ਟੂ ਪਾਸ ਇਲੈਕਟ੍ਰਿਕ ਸਰਕਟ ਕੀ ਕਰਦਾ ਇੱਕ ਪ੍ਰੋਪਰ ਪਾਥ ਬਣਾਉਂਦਾ ਹੈ ਇਲੈਕਟ੍ਰਿਸਿਟੀ ਲਈ ਤਾਂ ਕਿ ਉਹ ਈਜ਼ੀਲੀ ਜਿਹੜੀ ਹੈ ਫਲੋ ਕਰ ਸਕੇ ਬਿਟਵੀਨ ਦਾ ਟੂ ਟਰਮੀਨਲਸ ਆਫ ਦਾ ਇਲੈਕਟ੍ਰਿਕ ਸੈੱਲ ਠੀਕ ਹੈ ਦਾ ਬਲਬ ਗਲੋਜ਼ ਓਨਲੀ ਵੈਨ ਦਾ ਸਰਕਟ ਫਲੋਜ਼ ਬਰ ਜਿਹੜਾ ਬਲਬ ਉਹਦੀ ਗਲੋ ਕਰੇਗਾ ਜਦੋਂ ਜਿਹੜਾ ਆ ਕਰੰਟ ਜਿਹੜਾ ਆ ਸਰਕਟ ਦੇ ਵਿੱਚ ਘੁੰਮ ਰਿਹਾ ਹੋਊਗਾ ਠੀਕ ਹੈ ਤਾਂ ਉਹ ਕਿਵੇਂ ਹੁੰਦਾ ਜਿਵੇਂ ਆਪਾਂ ਅੱਗੇ ਗੱਲ ਕਰਾਂਗੇ ਠੀਕ ਹੈ ਅ ਅੱਗੇ ਆ ਦੇ ਇਲੈਕਟ੍ਰਿਕ ਫਿਊਜ਼ ਦੇਖੋ ਇਥੋਂ ਲਾਸਟ ਇਅਰ ਕੁਐਸਚਨ ਪੁੱਛਿਆ ਸੀ ਠੀਕ ਹੈ ਲਾਸਟ ਇਅਰ ਵੀ ਔਰ ਜਿਹੜਾ 12 ਤਰੀਕ ਨੂੰ ਜਿਹੜਾ ਪੇਪਰ ਹੋਇਆ ਸੀਗਾ ਠੀਕ ਹੈ ਉਹਦੇ ਵਿੱਚ ਵੀ ਜਿਹੜਾ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਇਹਦੇ ਵਿੱਚੋਂ ਫਿਊਜ਼ ਦੇ ਵਿੱਚੋਂ ਹਨਾ ਤੁਹਾਨੂੰ ਯਾਦ ਹੋਵੇ ਦੇਖੋ ਇਹਦੇ ਵਿੱਚ ਕੀ ਹੈ ਫਿਊਜ਼ ਕੀ ਹੁੰਦਾ ਕਹਿੰਦਾ ਇਲੈਕਟ੍ਰੀਕਲ ਫਿਊਜ਼ ਇਜ਼ ਅ ਲੋ ਮੈਲਟਿੰਗ ਪੁਆਇੰਟ ਕਾਪਰ ਔਰ ਅਦਰ ਮੈਟਲ ਵਾਇਰ ਥੈਟ ਬ੍ਰੇਕਸ ਡਿਊ ਟੂ ਦਾ ਹੀਟ ਕੌਜ਼ਡ ਬਾਈ ਓਵਰ ਵੋਲਟੇਜ ਓਵਰ ਵੋਲਟੇਜ অর ਹਾਈ ਵੋਲਟੇਜ ਟੂ ਅਵੋਇਡ ਸਰਕਟ ਦੇਖੋ ਸਾਡੇ ਸਾਰੇ ਘਰਾਂ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੋ ਹਰੇਕ ਰੂਮ ਦੇ ਵਿੱਚ ਜਿਹੜਾ ਇਲੈਕਟ੍ਰਿਕ ਫਿਊਜ਼ ਲੱਗਿਆ ਹੁੰਦਾ ਉਹ ਕੀ ਹੁੰਦਾ ਕਿ ਜਦੋਂ ਵੋਲਟੇਜ ਕਈ ਵਾਰ ਘਟ ਵੱਧ ਅਚਾਨਕ ਕਈ ਵਾਰ ਵੱਧ ਜਾਂਦੀ ਆ ਠੀਕ ਹੈ ਤਾਂ ਅਗਰ ਫਿਊਜ਼ ਨਾ ਲੱਗਾ ਹੋਵੇ ਤਾਂ ਜਿਹੜਾ ਆ ਕਾਫੀ ਨੁਕਸਾਨ ਹੋ ਜਾਂਦਾ ਹੈ ਹਨ ਮਤਲਬ ਜਿਹੜੇ ਸਰਕਟ ਹੈ ਕਈ ਵਾਰ ਉਹਨਾਂ ਨੂੰ ਕਰੰਟ ਜਿਤੋਂ ਵੱਧ ਜਾਂਦਾ ਤਾਂ ਉੱਥੇ ਵਿੱਚ ਕਈ ਵਾਰ ਸ਼ਾਰਟ ਸਰਕਟ ਹੋ ਜਾਂਦਾ ਠੀਕ ਹੈ ਤਾਂ ਫਿਊਜ਼ ਕੀ ਕਰਦਾ ਆ ਫਿਊਜ਼ ਉਹ ਸ਼ਾਰਟ ਸਰਕਟ ਨੂੰ ਕੀ ਕਹਿ ਕਰਦਾ ਆ ਉਹਨੂੰ ਫੇਲ ਕਰ ਦਿੰਦਾ ਹੈ ਠੀਕ ਹੈ ਮਤਲਬ ਜ਼ਿਆਦਾ ਨੁਕਸਾਨ ਹੋਣ ਤੋਂ ਫਿਊਜ਼ ਬਚਾ ਦਿੰਦਾ ਸਾਨੂੰ ਠੀਕ ਹੈ ਸੋ ਫੰਕਸ਼ਨ ਆ ਕੁਝ ਫਿਊਜ਼ ਦੇ ਕੀ ਫੰਕਸ਼ਨ ਆ ਪਹਿਲਾਂ ਦੇਖੋ ਫੰਕਸ਼ਨ ਕੀ ਆ ਕਿ ਐਕਟ ਐਜ਼ ਅ ਬੈਰੀਅਰ ਬੀਟਵੀਨ ਦਾ ਬੋਥ ਦਾ ਹਿਊਮਨ ਬਾਡੀ ਐਂਡ ਦਾ ਇਲੈਕਟ੍ਰਿਕ ਸਰਕਟ ਇਹ ਹਿਊਮਨ ਬਾਡੀ ਔਰ ਇਲੈਕਟ੍ਰਿਕ ਸਰਕਟ ਦੇ ਵਿੱਚ ਜਿਹੜਾ ਇੱਕ ਬੈਰੀਅਰ ਬ੍ਰਿਜ ਦਾ ਕੰਮ ਕਰਦਾ ਠੀਕ ਹੈ ਸਿਸਟਮ ਇਨਹਿਬਿਟ ਸਿਸਟਮ ਫੇਲਿਅਰ ਡਿਊ ਟੂ ਡਿਫੈਕਟਿਵ ਆਪਰੇਸ਼ਨ ਆਫ ਦਾ ਸਰਕਟ ਫਿਊਜ਼ ਅਵੋਇਡ ਸ਼ਾਰਟ ਸਰਕਟ ਦੇਖੋ ਆ ਇੰਪੋਰਟੈਂਟ ਪੁਆਇੰਟ ਹੈ ਕਿ ਫਿਊਜ਼ ਕੀ ਕਰਦਾ ਆ ਅਵੋਇਡ ਕਰ ਦਿੰਦਾ ਆ ਸ਼ਾਰਟ ਸਰਕਟਸ ਨੂੰ ਠੀਕ ਹੈ ਬਲੈਕ ਆਊਟ ਐਂਡ ਓਵਰਲੋਡਿੰਗ ਠੀਕ ਹੈ ਸਾਨੂੰ ਓਵਰਲੋਡਿੰਗ ਦਾ ਪਤਾ ਲੱਗ ਜਾਂਦਾ ਆ ਕਿਉਂਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਕੋਈ 스ਵਿਚ ਲੱਗਾ ਹੁੰਦਾ ਆ ਠੀਕ ਹੈ ਔਰ ਜਦੋਂ ਹਾਈ ਵੋਲਟੇਜ ਆਂਦੀ ਹੈ ਜਾਂ ਕੁਝ ਐਦਾਂ ਹੁੰਦੀ ਹੈ ਤੇ ਉਸ 스ਵਿਚ ਆਪਣੇ ਆਪ ਨੀਚੇ ਗਿਰ ਜਾਂਦਾ ਤੁਸ ਤੁਹਾਡੇ ਘਰਾਂ ਦੇ ਵਿੱਚ ਹੋ ਇਹਦਾ ਤੁਸੀਂ ਰਿਲੇਟ ਜਿਹੜਾ ਆ ਕਰ ਸਕਦੇ ਠੀਕ ਹੈ ਪ੍ਰिवेंट ਹਾਰਮ ਕੌਸਡ ਬਾਈ ਮਿਸਮੈਚਡ ਲੋਡ ਠੀਕ ਹੈ ਇਹ ਪ੍ਰिवेंट ਕਰ ਲੈਂਦਾ ਆ ਜਦੋਂ ਕਈ ਵਾਰ ਮਿਸਮੈਚਡ ਲੋਡ ਹੋ ਜਵੇ ਕਈ ਵਾਰ ਵੱਧ ਜਵੇ ਜਾਂ ਘਟ ਠੀਕ ਹੈ ਆਪਾਂ ਸਿੰਪਲੀ ਕਹਿ ਸਕਦੇ ਵੀ ਕੈਨ ਸੇ ਦੈਟ ਫਿਊਜ਼ ਇਸ a safely device theek hai that protect electric circuit from excessive current electric current de vich kai bar excessive load nalo vadh current aa janda vichon te fuse jehda hai oh sanu bachanda hai theek hai oh to baad agge aendi electric switch ki hunda electric switch switch is a simple device that is used to either break the circuit electric circuit or to complete it ਠੀਕ ਹੈ ਦੇਖੋ ਹੁਣ ਅਗਰ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੱਸਾਂ ਦੇਖੋ ਆ ਸਾਡੇ ਕੋਲ ਇੱਕ ਸੈੱਲ ਆ ਠੀਕ ਹੈ ਔਰ ਆਹਾ ਸਾਡੇ ਕੋਲ ਇੱਕ ਕੀਆ ਬੱਲਬ ਆ ਠੀਕ ਹੈ ਹੁਣ ਇੱਥੇ ਪੋਜ਼ਿਟਿਵ ਆ ਇਹ ਬੱਲਬ ਨਾਲ ਇੱਥਾ ਅਟੈਚ ਆ ਠੀਕ ਹੈ ਔਰ ਇੱਥੇ ਮੰਨ ਲਓ ਇੱਥੇ ਕਿਦਾਂ ਸਾਡੇ ਕੋਲ ਦੂਜੇ ਜਿਹੜਾ ਟਰਮੀਨਲ ਅਟੈਚ ਆ ਠੀਕ ਹੈ ਇੱਥੇ ਸਾਡੇ ਕੋਲ ਬੈਟਰੀ ਆ ਔਰ ਇੱਥੇ ਜਿਹੜਾ ਆ ਇੱਕ ਸਵਿਚ ਲੱਗਾ ਹੁੰਦਾ ਆ ਜਿਹਨੂੰ ਆਪਾਂ ਕੀ ਕਹਿੰਦੇ ਨੇ ਇਲੈਕਟ੍ਰਿਕ ਸਵਿਚ ਦੇਖੋ ਇਹ ਹੁਣ ਓਪਨ ਆ ਠੀਕ ਹੈ ਓਪਨ ਆ ਇਹਦਾ ਮਤਲਬ ਇਹਦੇ ਵਿੱਚ ਜਦੋਂ ਇਲੈਕਟ੍ਰਿਕ ਸਿਟੀ ਪਾਸ ਹੋਊਗੀ ਤਾਂ ਇਹ ਪ੍ਰੋਪਰ ਨਹੀਂ ਜਾਵੇ ਕਿਉਂਕਿ ਇੱਥੋਂ ਇਹ ਖੁੱਲਾ ਆ ਠੀਕ ਹੈ ਇਹਦਾ ਮਤਲਬ ਇਹ ਕੀ ਆ ਹਜੇ ਆਫ ਆ ਤੇ ਜਦੋਂ ਅਸੀਂ ਇਹਨੂੰ ਔਨ ਕਰਾਂਗੇ ਤਾਂ ਇਹ ਕੁਛ ਇੱਕਦਾਂ ਦਾ ਹੋ ਜਾਣਾ ਇਹਨੇ ਕੰਪਲੀਟ ਇਹਦੇ ਨਾਲ ਜੁੜ ਜਾਣਾ ਇਹਨੇ ਇਹਦੇ ਨਾਲ ਇਹਦਾ ਜੁੜ ਜਾਣਾ ਸਰਕਟ ਕੰਪਲੀਟ ਹੋ ਜਾਣਾ ক্লোਜ਼ਡ ਸਰਕਟ ਸਰਕਟ ਹੋ ਜਾਣਾ ਤਾਂ ਫਿਰ ਜਿਹੜੀ ਇਲੈਕਟ੍ਰਿਕ ਸਿਟੀ ਆ ਉਹ ਈਜ਼ੀਲੀ ਜਿਹੜੀ ਇਹ ਤੋਂ ਪਾਸ ਕਰੇਗੀ ਔਰ ਬਲਬ ਜਿਹੜਾ ਗਲੋ ਹੋ ਜਾਏਗਾ ਠੀਕ ਹੈ ਸੋ ਇਲੈਕਟ੍ਰਿਕ ਸਵਿਚ ਦਾ ਇਹ ਕੰਮ ਹੁੰਦਾ ਕਿ ਇਹ ਇਲੈਕਟ੍ਰਿਕ ਸਰਕਟ ਨੂੰ ਬ੍ਰੇਕ ਕਰ ਦਿੰਦਾ ਜਾਂ ਉਹਨੂੰ ਕੰਪਲੀਟ ਕਰ ਦਿੰਦਾ ਠੀਕ ਹੈ ਸੋ ਆਪਾਂ ਅੱਗੇ ਜਾਵਾਂਗੇ ਮਟੀਰੀਅਲ दैट ਅ ਲੋ ਇਲੈਕਟ੍ਰਿਸਿਟੀ ਕਰੰਟ ਟੂ ਪਾਸ ਥਰੂ ਥੈਮ ਈਜ਼ਲੀ ਕੁਛ ਐਦਾਂ ਦੇ ਮਟੀਰੀਅਲ ਨੇ ਜਿਹਦੇ ਵਿੱਚ ਇਲੈਕਟ੍ਰਿਸਿਟੀ ਈਜ਼ਲੀ ਪਾਸ ਹੋ ਜਾਂਦੀ ਹੈ ਉਹ ਕੀ ਹੁੰਦੇ ਨੇ ਕੰਡਕਟਰ ਕੀ ਹੁੰਦੇ ਨੇ ਜੀ ਉਹ ਕੰਡਕਟਰ ਤੇ ਕੁਝ ਮਟੀਰੀਅਲਸ ਐਦਾਂ ਨੇ ਕਿ ਜਿਨ੍ਹਾਂ ਤੋਂ ਇਲੈਕਟ੍ਰਿਸਿਟੀ ਪਾਸ ਨਹੀਂ ਹੁੰਦੀ ਉਹ ਹੁੰਦੇ ਨੇ ਇਨਸੂਲੇਟਰ ਇਨਸੂਲੇਟਰ ਦੇ ਵਿੱਚ ਆਪਾਂ वुਡ ਨੂੰ ਆਪਾਂ ਕਹਿ ਦਿੰਦੇ ਆ ਪਾ ਦੇਖਿਆ ਹੋਵੇਗਾ ਕਈ ਵਾਰਕ ਅਗਰ ਕਿਸੇ ਨੂੰ ਕਰੰਟ ਹੋਵੇ ਅਗਰ ਕੋਈ ਬਿਜਲੀ ਦੇ ਖੰਬੇ ਦੇ ਨਾਲ ਚਿੰਬੜ ਜਾਵੇ ਤਾਂ ਆਪਾਂ ਹਮੇਸ਼ਾ ਲੱਕੜ ਦੇ ਨਾਲ ਮਦਦ ਦੇ ਨਾਲ ਆਪਾਂ ਉਸ ਨੂੰ ਛਡਾਉਂਦੇ ਹਾਂ ਠੀਕ ਹੈ ਸੋ ਇਹਦੇ ਵਿੱਚ ਆਇਰਨ ਜਾਂ ਕੋਈ ਹੋਰ ਜਿਹੜੇ ਕਾਪਰ ਇਸ ਕਾਪਰ ਜਿਹੜੇ ਆ ਇਹ ਸਾਰੇ ਕੀ ਆ ਇਹ ਕੰਡਕਟਰਸ ਆ ਠੀਕ ਹੈ ਵੈਂਟ ਅਗਲਾ ਪੁਆਇੰਟ ਆ ਵੈਂਟ ਟੂ অর ਮੋਰ ਸੈਲਸ ਆਰ ਜੁਆਇੰਟ ਟੂਗੇਦਰ ਜਦੋਂ ਇੱਕ ਤੋਂ ਵੱਧ ਸੈੱਲ ਇਕੱਠੇ ਜੁੜ ਜਾਣ ਤਾਂ ਉਹ ਕੀ ਬਣਦੀ ਆ ਬੈਟਰੀ ਠੀਕ ਹੈ ਹੁਣ ਦੇਖੋ ਡਿਫਰੈਂਸ ਬੀਟਵੀਨ ਸੈੱਲ ਐਂਡ ਬੈਟਰੀ ਸੈੱਲ ਐਂਡ ਬੈਟਰੀ ਚ ਕੀ ਫਰਕ ਆ ਦੇਖੋ ਮੇਜਰ ਫਰਕ ਆ ਕਹਿੰਦੇ ਸੈੱਲ ਹੈਜ਼ ਓਨਲੀ 1 ਪਲੇਟ ਐਜ਼ ਅ ਪੋਜ਼ਿਟਿਵ ਐਂਡ ਓਨਲੀ 1 ਪਲੇਟ ਠੀਕ ਹੈ ਹੈਜ਼ ਇਨ ਅ ਨੈਗੇਟਿਵ ਵਾਈਲ ਬੈਟਰੀ ਵਿਚ ਇਜ਼ ਅ ਕੰਬੀਨੇਸ਼ਨ ਆਫ ਸੈੱਲ ਇਨ ਅ ਸੀਰੀਜ਼ ਐਂਡ ਕੈਨ ਹੈਵ ਮੈਨੀ ਪਲੇਟਸ ਸੈੱਲ ਦੇ ਵਿੱਚ ਕੋਈ ਸਿੰਗਲ ਪਲੇਟ ਹੁੰਦੀ ਆ ਔਰ ਜਿਹੜਾ ਬੈਟਰੀ ਆ ਇਹਦੇ ਵਿੱਚ ਕੰਬੀਨੇਸ਼ਨ ਆਫ ਸੈੱਲਸ ਹੁੰਦੇ ਨੇ ਇਨ ਸੀਰੀਜ਼ ਠੀਕ ਹੈ ਅਗਲਾ ਪੁਆਇੰਟ ਆ ਵੀ ਯੂਜ਼ electric cell in an arm clock ਠੀਕ ਹੈ electric cell ਜਿਹੜੇ ਹੁੰਦੇ ਨੇ ਛੋਟੇ ਤੇ ਆਪਾਂ ਉਹਨਾਂ ਨੂੰ ਕਿੱਥੇ ਯੂਜ਼ ਕਰਦੇ ਆ ਆਲਾਰਮ ਕਲੌਕ ਦੇ ਵਿੱਚ ਰਿਸਟ ਵਾਚ ਟ੍ਰਾਂਜਿਸਟਰ ਕੈਮਰਾ ਟਰੋਚ ਐਡ ਸੈਕਟਰ ਠੀਕ ਹੈ ਅਗਲਾ ਪੁਆਇੰਟ ਆ ਕਹਿੰਦੇ ਕਿ ਟੂ ਸੈਲਸ ਕੈਨ ਬੀ ਜੁਆਇੰਡ ਇਨ ਟੂ ਵੇਜ਼ ਹੁਣ ਦੇਖੋ ਕਹਿੰਦੇ ਆ ਕਿ ਦੋ ਜਾਂ ਦੋ ਤੋਂ ਵੱਧ ਜਿਹੜੇ ਸੈੱਲ ਆ ਉਹ ਦੋ ਤਰੀਕਿਆਂ ਦੇ ਨਾਲ ਜਿਹੜਾ ਆ ਉਹ ਜੋੜ ਸਕਦੇ ਆ ਇੱਕ ਹੈਗਾ ਐਜ਼ ਅ ਸੀਰੀਜ਼ ਔਰ ਇੱਕ ਹੈਗਾ ਐਜ਼ ਅ ਪੈਰਲਲ ਠੀਕ ਹੈ ਹੁਣ ਆਪਾਂ ਦੋਨਾਂ ਬਾਰੇ ਗੱਲ ਕਰਾਂਗੇ ਆਪਾਂ ਪਹਿਲਾਂ ਗੱਲ ਕਰਾਂਗੇ ਕਿਦਾਂ ਕਿ ਇਨ ਸੀਰੀਜ਼ ਜਦੋਂ ਸੈੱਲ ਜਿਹੜੇ ਆ ਸੀਰੀਜ਼ ਦੇ ਵਿੱਚ ਇੱਕ ਅੱਡੇ ਨਾਲ ਜੁੜੇ ਹੋਣ ਇੱਥੇ ਤੁਸੀਂ ਜਿਹੜੀ ਆ ਪਹਿਲੀ ਮੈਨੂੰ ਇੱਕ ਨਾਮ ਦੇ ਦੇਵਾ A ਔਰ B A ਜਿਹੜੀ ਐਗਜ਼ਾਮਪਲ ਆ ਉਹ ਸੀਰੀਜ਼ ਦੀ ਆ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਜਾਂ ਇੱਕ ਤੋਂ ਵੱਧ ਸੈੱਲ ਐਜ਼ ਅ ਸੀਰੀਜ਼ ਦੇ ਵਿੱਚ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਜਿਹਦੇ ਵਿੱਚ ਕੀ ਹੁੰਦਾ ਆ ਕਿ ਪੋਜ਼ਿਟਿਵ ਟਰਮੀਨਲ ਆਫ ਵਨ ਸੈੱਲ ਇਜ਼ ਜੁਆਇੰਡ ਟੂ ਨੈਗੇਟਿਵ ਟਰਮੀਨਲ ਆਫ ਅਦਰ ਹੁਣ ਦੇਖੋ ਇਧਰ ਵਿੱਚ ਦੋ ਸੈੱਲ ਆਪਸ ਜੁੜੇ ਆ ਇਹਦਾ ਜਿਹੜਾ ਪੋਜ਼ਿਟਿਵ ਹਿੱਸਾ ਆ ਠੀਕ ਹੈ ਕਿਹਦੇ ਨਾਲ ਜੁੜਿਆ ਹੁੰਦਾ ਆ ਨੈਗੇਟਿਵ ਦੇ ਨਾਲ ਇਹਦਾ ਜੁੜਿਆ ਆ ਠੀਕ ਹੈ ਸੋ ਇਹ ਅਰੇਂਜਮੈਂਟ ਨੂੰ ਆਪਾਂ ਕੀ ਕਹਿ ਦਿੰਦੇ ਆ ਸੀਰੀਜ਼ ਦੂਜੇ ਪਾਸੇ ਕੀ ਹੁੰਦਾ ਆ ਕਿ ਪੈਰਲਲ ਹੁਣ ਇਹਦੇ ਵਿੱਚ ਦੇਖੋ ਇਹ ਸੀਰੀਜ਼ ਦੇ ਵਿੱਚ ਆ ਇਹ ਇੱਕ ਦੂਜੇ ਦੇ ਪੈਰਲਲ ਖੜੇ ਆ ਇਹਦੇ ਵਿੱਚ ਕੀ ਹੁੰਦਾ ਕਿ ਵੈਨ ਪੋਜ਼ਿਟਿਵ ਟਰਮੀਨਲ ਆਫ ਅ ਸੈੱਲ ਇਜ਼ ਜੁਆਇੰਡ ਟੂ ਪੋਜ਼ਿਟਿਵ ਟਰਮੀਨਲ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਪੋਜ਼ਿਟਿਵ ਜਿਹੜਾ ਪੋਜ਼ਿਟਿਵ ਦੇ ਨਾਲ ਜੁੜਿਆ ਹੁੰਦਾ ਆ ਠੀਕ ਹੈ ਟਰਮੀਨਲ ਟੂ 네ਗੇਟਿਵ ਟਰਮੀਨਲ ਆਫ ਅਦਰ ਸੈਲ ਠੀਕ ਹੈ ਪੋਜ਼ਿਟਿਵ ਆਫ ਸੈਲ ਇਸ ਜੁਆਇੰਡ ਟੂ ਪੋਜ਼ਿਟਿਵ ਟਰਮੀਨਲ ਐਂਡ 네ਗੇਟਿਵ ਟਰਮੀਨਲ ਟੂ 네ਗੇਟਿਵ ਠੀਕ ਹੈ ਇਹਨੂੰ ਆਪਾਂ ਕੀ ਕਹਿ ਦਿੰਨੇ ਆ ਇਹ ਆ ਜਾਂਦਾ ਜੀ ਪੈਰਲਲ ਦੇ ਵਿੱਚ ਠੀਕ ਹੈ ਸੋ ਇਹਨੂੰ ਆਪਾਂ ਕੀ ਕਹਿੰਦੇ ਆ ਪੈਰਲਲ ਸਰੀਸ ਇਦੀ ਐਗਜ਼ਾਮਪਲ ਜਿਹੜੀ ਫਿਗਰ ਨੰਬਰ ਬੀ ਜਿਹੜੀ ਆ ਉਹ ਇਦੀ ਐਗਜ਼ਾਮਪਲ ਆ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਜੀ ਡਰਾਈ ਸੈਲ ਕੀ ਹੁੰਦੇ ਆ ਡਰਾਈ ਸੈਲ ਇਸ ਅ ਟਾਈਪ ਆਫ ਇਲੈਕਟ੍ਰਿਕ ਬੈਟਰੀ ਕਾਮਨਲੀ ਯੂਜ਼ਡ ਫਾਰ ਪੋਰਟੇਬਲ ਇਲੈਕਟ੍ਰੀਕਲ ਡਿਵਾਈਸ ਜਿਨੂੰ ਆਸਾਨੀ ਦੇ ਨਾਲ ਅਸੀਂ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਸਕਦੇ ਆ ਕੈਰੀ ਕਰ ਸਕਦੇ ਠੀਕ ਹੈ ਸੈਲ ਬੈਟਰੀਜ਼ ਵਿਚ ਹੈਵ ਅ ਲਿਕਵਿਡ ਇਲੈਕਟ੍ਰੋਲਾਈਟ ਠੀਕ ਹੈ ਜਿਵੇਂ ਕੀ ਜਿਹੜੀਆਂ ਬੈਟਰੀਜ਼ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਵਿੱਚ ਲਿਕਵਿਡ ਹੁੰਦਾ ਇਲੈਕਟ੍ਰੋਲਾਈਟ ਪਰ ਜਿਹੜੇ ਡਰਾਈ ਸੈੱਲ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਆ ਕਿ ਪੇਸਟ ਦੀ ਫਾਰਮ ਦੇ ਵਿੱਚ ਹੁੰਦਾ ਡਰਾਈ ਫਾਰਮ ਦੇ ਵਿੱਚ ਜਿਹੜਾ ਆ ਇਹਦੇ ਵਿੱਚ ਜਿਹੜਾ ਅੰਦਰ ਮਟੀਰੀਅਲ ਉਹ ਹੁੰਦਾ ਠੀਕ ਹੈ ਇਲੈਕਟ੍ਰੋਲਾਈਟ ਦਸ ਲੈਸ ਟੂ ਲੀਕੇਜ ਇਹਦੇ ਵਿੱਚ ਲੀਕੇਜ ਦੀ ਜਿਹੜੀ ਹੈ ਮਤਲਬ ਜਿਹੜਾ ਇਹ ਬੈਟਰੀ ਹੁੰਦੀ ਹੈ ਇਹ ਚ ਲਿਕਵਿਡ ਹੁੰਦਾ ਉਹ ਕਈ ਵਾਰ ਲੀਕੇਜ ਕਰ ਜਾਂਦੀ ਆ ਪਰ ਜਿਹੜੇ ਡਰਾਈ ਸੈੱਲ ਉਹਦੇ ਵਿੱਚ ਲੀਕੇਜ ਦੀ ਸੰਭਾਵਨਾ ਕਾਫੀ ਕੱਟ ਜਾਂਦੀ ਹੈ ਜੋ ਕਿ ਕਲॉक ਰਿਮੋਟ ਕੰਟਰੋਲ ਐਂਡ ਕੈਲਕੂਲੇਟਰਸ ਦੇ ਵਿੱਚ ਯੂਜ਼ ਹੁੰਦਾ ਹੈ ਠੀਕ ਹੈ ਹੁਣ ਐਡਵਾਂਟੇਜ ਕੀ ਹੈ ਡਰਾਈ ਸੈਲ ਦੀ ਦੇ ਆਰ ਲਾਈਟ ਇਨ weight ਐਂਡ ਸਮਾਲ ਇਨ ਸਾਈਜ਼ ਕੈਰੈਕਟੈਰਿਸਟਿਕ ਕਈ ਵਾਰ ਕੈਰੈਕਟੈਰਿਸਟਿਕਸ ਕਈ ਵਾਰ ਪੁੱਛ ਲੈਂਦੇ ਆ ਦੇ ਕੈਨ ਬੀ ਟ੍ਰਾਂਸਪੋਰਟਡ ਫਰੋਮ ਵਨ ਪਲੇਸ ਟੂ ਅਨਦਰ ਈਜ਼ਲੀ देयर इज नो ਫੀਅਰ ਆਫ ਲੀਕੇਜ ਲੀਕੇਜ ਦਾਡਰ ਆਪਾਂ ਨੂੰ ਨਹੀਂ ਹੁੰਦਾ 16 ਪੁਆਇੰਟ ਕੀ ਡਾਇਰੈਕਸ਼ਨ ਆਫ ਕਰੰਟ ਕਰੰਟ ਦੀ ਡਾਇਰੈਕਸ਼ਨ ਕੀ ਹੈ ਦੇਖੋ ਕਰੰਟ ਜਿਹੜਾ ਆ ਹਮੇਸ਼ਾ ਇਸ ਟੇਕਨ ਫਰੋਮ ਦਾ ਜਿਹੜਾ ਕਰੰਟ ਆ ਹਮੇਸ਼ਾ ਪੋਜ਼ਿਟਿਵ ਟੂ 네ਗੇਟਿਵ ਜਾਂਦਾ ਆ ਇਹ ਤਾਂ ਯਾਦ ਰੱਖ ਲਓ ਤੁਸੀਂ ਹਨਾ ਮਤਲਬ ਇਹਨੂੰ ਤਾਂ ਇਹ ਕਦੀ ਭੁੱਲਣਾ ਨਹੀਂ ਚਾਹੀਦਾ ਆਪਾਂ ਨੂੰ ਕਈ ਵਾਰ ਬੇਸਿਕ ਕੁਐਸਚਨ ਪੁੱਛ ਲੈਂਦੇ ਆ ਉਹ ਕਿ ਡਾਇਰੈਕਸ਼ਨ ਕੀ ਹੁੰਦੀ ਆ ਕਰੰਟ ਦੀ ਤਾਂ ਇਲੈਕਟ੍ਰਿਕ ਸਰਕਟ ਦੇ ਵਿੱਚ ਜਿਹੜੀ ਕਰੰਟ ਦੀ ਡਾਇਰੈਕਸ਼ਨ ਆ ਉਹ ਕੀ ਹੁੰਦੀ ਆ ਫਰੋਮ ਪੋਜ਼ਿਟਿਵ ਟਰਮੀਨਲ ਟੂ 네ਗੇਟਿਵ ਠੀਕ ਹੈ ਪੀ ਟੂ ਐਂਡ ਪੋਜ਼ਿਟਿਵ ਟੂ 네ਗੇਟਿਵ ਠੀਕ ਹੈ ਸੋ ਇਸ ਤੋਂ ਅੱਗੇ ਇੱਕ ਲਾਸਟ ਦੇ ਵਿੱਚ ਇੱਕ ਮੈਚ ਐਂਡ ਕਾਲਮ ਦਾ ਇੱਕ ਹੈ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਵੀ ਜਿਹੜਾ ਲੈ ਸਕਦੇ ਆ ਇਹਦੇ ਵਿੱਚ ਸਿੱਧਾ ਆਪਾਂ ਆਨਸਰ ਹੀ ਨੇ ਜਿਹੜੇ ਜਿਹੜੇ ਆਹਮੋ ਸਾਹਮਣੇ ਨੇ ਠੀਕ ਹੈ ਸੈੱਲ ਦੇਖੋ ਇੱਕ ਨਾਲੇ ਰਿਵਾਈਜ਼ ਹੋ ਜਾਊਗਾ ਸੈੱਲ ਦੇਖੋ ਸੈੱਲ ਕੀ ਹੁੰਦਾ ਆ ਡਿਵਾਈਸ which produces electricity ਬਿਲਕੁਲ ਸਹੀ ਆ ਬੈਟਰੀ ਬੈਟਰੀ ਕੀ ਹੁੰਦੀ ਆ ਅ ਕੰਬੀਨੇਸ਼ਨ ਆਫ ਸੈੱਲ ਜਿਵੇਂ ਆਪਾਂ ਹੁਣੇ ਪੜਿਆ ਆ ਕੀ ਸੀਰੀਜ਼ ਦੇ ਵਿੱਚ ਹੁੰਦੇ ਨੇ ਗਵਾਡਰੀ ਦੇ ਵਿੱਚ ਇੱਕ ਤੋਂ ਵੱਧ ਸੈੱਲ ਕੰਡਕਟਰ ਕੀ ਹੁੰਦਾ ਕਿ ਜਿਹਦੇ ਵਿੱਚ ਇਲੈਕਟ੍ਰਿਸਿਟੀ इजीली ਪਾਸ ਹੋ ਜਵੇ ਇਨਸੂਲੇਟਰ ਜਿਹਦੇ ਵਿੱਚ ਇਲੈਕਟ੍ਰਿਸਿਟੀ इजीली ਪਾਸ ਨਾ ਹੋ एग्जांपल ਕੀ ਦੱਸੀ ਸੀ ਮੈਂ वुਡ ਔਰ ਕੰਡਕਟਰ ਦੀ ਕੀ ਦੱਸੀ ਸੀ ਕਾਪਰ ਠੀਕ ਹੈ ਉਸ ਤੋਂ ਅਗਾਂਹ ਦਾ ਸਵਿਚ ਕੀ ਹੁੰਦਾ ਹੈ ਸਵਿਚ ਦਾ ਕੰਮ ਕੀ ਹੁੰਦਾ ਕਿ ਸਰਕਟ ਨੂੰ ਜਾਂ ਤਾਂ ਬ੍ਰੇਕ ਕਰ ਦੇਵੇ ਜਾਂ ਤਾਂ ਉਹਨੂੰ ਕੰਪਲੀਟ ਕਰ ਦੇਵੇ ਠੀਕ ਹੈ ਇਹ ਵੀ ਬਿਲਕੁਲ ਸਹੀ ਹੈ ਬਲਬ ਬਲਬ ਕੀ ਹੁੰਦਾ ਕਿ ਬਲਬ ਦੇ ਵਿੱਚ ਇਲੈਕਟ੍ਰਿਸਿਟੀ ਕਨਵਰਟ ਇਲੈਕਟ੍ਰਿਸਿਟੀ ਇਨਟੂ ਲਾਈਟ ਇਲੈਕਟ੍ਰਿਸਿਟੀ ਜਿਹੜੀ ਹੈ ਲਾਈਟ ਦੇ ਵਿੱਚ ਬਦਲ ਜਾਂਦੀ ਹੈ ਕਿਹਦੇ ਥਰੂ ਫਿਲਾਮੈਂਟ ਕਿਉਂਕਿ ਬਲਬ ਦੇ ਵਿੱਚ ਕੀ ਹੁੰਦਾ ਆ ਫਿਲਾਮੈਂਟ ਠੀਕ ਹੈ ਫਿਲਾਮੈਂਟ ਅੱਗੇ ਆ ਗਿਆ ਗਲੋਸ ਵੈਨ ਇਲੈਕਟ੍ਰਿਸਿਟੀ ਪਾਸਿਸ ਇਨ ਇਟ ਸਰਕਟ ਕੀ ਹੁੰਦਾ ਇਟ ਇਜ਼ ਅ ਪਾਥ ਆਫ ਇਲੈਕਟ੍ਰਿਸਿਟੀ ਜਿਹਦੇ ਥਰੂ ਜਿਹੜੀ ਇਲੈਕਟ੍ਰਿਸਿਟੀ ਆ ਪਾਸ ਹੁੰਦੀ ਹੈ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਇਹਦੇ ਵਿੱਚ ਇਲੈਕਟ੍ਰਿਸਿਟੀ ਤੇ ਐਂਡ ਸਰਕਟਸ ਦੇ ਬਾਰੇ ਗੱਲ ਕੀਤੀ ਆ ਇਹਦੇ ਵਿੱਚੋਂ ਪ੍ਰੀवियस ਇਅਰ ਦੇ ਵਿੱਚ ਕੁਸ਼ਨ ਜਿਹੜੇ ਪੁੱਛੇ ਗਏ ਸੀ ਔਰ ਜਿਹੜਾ ਲਾਸਟ 12 ਨੂੰ ਪੇਪਰ ਹੋਇਆ ਉਹਦੇ ਵਿੱਚ ਵੀ ਇਹਦੇ ਵਿੱਚੋਂ ਕੁਸ਼ਨ ਜਿਹੜੇ ਆ ਪੁੱਛੇ ਗਏ ਸੀ ਤੇ ਉਮੀਦ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜੇ ਬਨੇ ਰਹੇ ਹੋਵੋਗੇ ਆ ਇਹ 6ਵਾਂ ਲੈਕਚਰ ਸੀ ਬਾਕੀ ਪੰਜ ਜਿਹੜੇ ਲੈਕਚਰ ਵੀ ਉਹ ਤੁਸੀਂ ਦੇਖ ਸਕਦੇ ਆ ਚੈਨਲ ਦੇ ਵਿੱਚ ਜਾ ਕੇ ਪਲੇਲਿਸਟ ਸੈਕਸ਼ਨ ਦੇ ਵਿੱਚ ਤੁਸੀਂ ਸਾਇੰਸ ਲੈਕਚਰ ਦੀ ਜਿਹੜੀ ਸੀਰੀਜ਼ ਆ ਇਹ ਤੁਸੀਂ ਸਾਰੇ ਇਹਦੇ ਨਾਲ ਪਹਿਲੇ 1 ਤੋਂ ਲੈ ਕੇ 5 ਲੈਕਚਰ ਦੇਖ ਸਕਦੇ ਹੋ ਤੁਸੀਂ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ